ਹੈਲੋ, ਮੇਰਾ ਨਾਮ ਚੌਧਰੀ ਰਜਿੰਦਰ ਨਿੱਜਰ ਹੈਗਾ ਤੇ ਮੈਂ ਪਟੋਰੀ ਨਿੱਜਰ ਦਾ ਜੱਟ ਹੈਗਾ। ਜੱਟਾਂ ਦਾ ਜਿਹੜਾ ਹੈਗਾ ਕੜਸੀ ਟਾਈਟਲ ਉਹ ਚੌਧਰੀ ਹੈਗਾ। ਇਹ ਜਿਹੜਾ ਸਰਦਾਰ ਵਗੈਰਾ ਕਰਾਉਂਦੇ ਨੇ ਕੋਈ ਕੜਸੀ ਟਾਈਟਲ ਨਹੀਂ ਹੈਗਾ। ਸਰਦਾਰ ਜਾਂ ਖਾਲਸੇ ਹੁੰਦੇ ਜਾਂ ਪਿੰਡਾਂ ਦੇ ਸਰਦਾਰ ਜਾਂ ਫੌਜਾਂ ਦੇ ਸਰਦਾਰ। ਜੇ ਉਹ ਨਾ ਹੋਵੇ ਖਾਲਸਾ ਤੇ ਨਾ ਇਸ ਪਿੰਡਾਂ ਦਾ ਤੇ ਸ਼ਹਿਰਾਂ ਦਾ ਹੋਵੇ ਸਰਦਾਰ, ਉਹਨੂੰ ਅਸਲ ਗਧਾ ਕਹਿੰਦੇ ਨੇ। ਯਾਨੀ ਕਿ ਕਿਸੇ ਨੂੰ ਗਧਾ ਕਹਿਣਾ ਹੋਵੇ ਤਾਂ ਉਹਨੂੰ ਸਰਦਾਰ ਜੀ ਕਹਿ ਦਿਓ ਤੇ ਉਹ ਮੂਰਖ ਸੁਣਦੇਗਾ। ਆਪਣਾ ਪਿਓ ਨਾ ਭੁੱਲੋ। ਤੇ ਇਸੇ ਕਰਕੇ ਜਿਹੜੇ ਅੱਗੇ ਨੇ ਦਾੜੀ ਤੇ ਰੱਖ ਰੱਖ ਕੇ ਤਾਂ ਖਾਸ ਕਰਕੇ ਖੱਤਰੀ ਲਾਲਿਆਂ ਤੇ ਇਹਨਾਂ ਨੂੰ ਕਹੋ ਨਾ ਲਾਲੇ ਹੈਗੇ ਤੁਸੀਂ, ਲਾਲੇ ਬੜਾ ਬੁਰਾ ਮਨਾਉਂਦੇ। ਇਹਨਾਂ ਨੂੰ ਕਹਿੰਦੇ ਹੁਣ ਅਸੀਂ ਸਰਦਾਰ ਹੈਗੇ ਹਾਂ ਜੀ, ਆਪ ਸਰਦਾਰ ਬਣਦੇ ਦੂਜਿਆਂ ਨੂੰ ਵੀ ਸਰਦਾਰ ਕਲਾਓ ਕਹਿੰਦੇ ਨੇ। ਇਹ ਖੱਤਰੀ ਜਿਹੜੇ ਨੇ ਇਹ ਬੜੇ ਚੱਕਰ ਚਲਾਕ ਹੈਗੇ ਨੇ। ਜਦੋਂ ਸਤਿਗੁਰੂ ਜੀਂਦੇ ਸੀਗੇ ਉਦੋਂ ਇੱਕ ਨੰਬਰ ਦੇ ਦੁਸ਼ਮਣ ਖੱਤਰੀ ਸਨ। ਇਹਨਾਂ ਨੇ ਉਹਨਾਂ ਨੂੰ ਠੁੱਡੇ ਮਾਰੇ ਤੇ ਉਹਨਾਂ ਨੂੰ ਖਵਾਜਾ ਜਿਹੜਾ ਸੀਗਾ ਖੱਤਰੀ ਸੀਗਾ ਉਹ, ਜਿਹਨੇ ਅਨੰਦਪੁਰ ਸਾਹਿਬ ਹਮਲਾ ਕੀਤਾ ਸੀਗਾ ਤੇ ਮੋਹਰੀ ਸੀਗਾ। ਤੇ ਹੁਣ ਇਹ ਖੱਤਰੀ ਫਿਰ ਲੁੱਟਣ ਨੂੰ ਪੈ ਗਏ ਨੇ ਗੁਰਦੁਆਰਿਆਂ 'ਚ ਬਣ ਕੇ ਤਾਂ ਪ੍ਰਧਾਨ ਤੇ ਸਾਡਾ ਗੁਰੂ ਸੀਗਾ ਨਾਨਕ, ਸਾਡਾ ਗੁਰੂ ਖੱਤਰੀ ਗੁਰੂ ਸੀਗਾ ਜੀ। ਯਾਨੀ ਕਿ ਆਪ ਹੀ ਦੱਸਦੇ ਵੀ ਉਹ ਖੱਤਰੀ ਸੀਗਾ ਤੇ ਨਾਲੇ ਅਸੀਂ ਉਹਨਾਂ ਨੂੰ ਮਾਰਿਆ ਹੈਗਾ। ਸਾਰਿਆਂ ਨੂੰ ਜ਼ਿਆਦਾ ਜਿਹੜੀ ਉਹਨਾਂ ਦਾ ਮਾਨਤਾ ਕੀਤੀ ਉਹ ਜੱਟਾਂ ਨੇ ਕੀਤੀ, ਵੀ ਜੱਟ ਭਗਤ ਹੈਗੇ ਨੇ ਤੇ ਇਸ ਕਰਕੇ ਜੱਟੋ ਪ੍ਰਚਾਰ ਕਰੋ ਤੇ ਮੁਕਤੀ ਪਾਓ। ਤੇ ਇਹ ਜਿਹੜਾ ਕਲਯੁਗ ਵਿੱਚ ਹੈਗਾ ਲੋਕਾਂ ਨੂੰ ਜਿਹੜੇ ਸ਼ੈਤਾਨ ਹੈਗਾ ਉਹਨੇ ਤੁਹਾਨੂੰ ਆਪਣਾ ਪਿਓ ਬਣਾਉਣਾ ਹੈਗਾ। ਪਿਓ ਭੁੱਲ ਗਿਆ ਤੁਸੀਂ ਫਿਰ ਮਾਰੇ ਗਏ, ਫਿਰ ਤੁਸੀਂ ਆਪਸ ਵਿੱਚ ਲੜੋਗੇ ਜਿੱਦਾਂ ਕਿ 1947 'ਚ ਲੜੇ ਸੀਗੇ, 1984 'ਚ ਨੁਕਸਾਨ ਹੋਇਆ ਹੈਗਾ। ਤੇ ਇਸ ਕਰਕੇ ਆਪਣਾ ਪਿਓ ਨਾ ਭੁੱਲੋ, ਚੌਧਰੀ ਛੋਟੂ ਰਾਮ ਨੂੰ ਯਾਦ ਰੱਖੋ, ਆਪਣਾ ਉਹ ਆਪਣੇ ਪਿੱਲਰ ਹੈਗਾ ਆਪਣਾ। ਤੇ ਉਹਨੇ ਸਾਨੂੰ ਬੜੇ ਸੋਹਣੇ ਸਬਕ ਦਿੱਤੇ ਕਿ ਮਰਦ ਇੱਕ ਕਮੀਜ਼ ਦੇਗੀ, ਇੱਕ ਕਮੀਜ਼ ਲਾ ਕੇ ਦੂਜੀ ਕਮੀਜ਼ ਪਾ ਲਓ। ਇਹ ਏਦਾਂ ਦਾ ਹੈਗਾ, ਮਜ਼ਹਬ ਤਾਂ ਬਦਲਿਆ ਜਾਂਦਾ ਲੇਕਿਨ ਆ ਹੀ ਬਦਲਿਆ ਜਾਂਦਾ ਜਿਹੜਾ ਜਿਹਦਾ ਹੈਗਾ। ਇਹ ਸਾਡਾ ਜੱਟ ਹੈਗਾ। ਇੱਥੇ ਮੈਂ ਇੱਕ ਚਾਰਟ ਬਣਾਇਆ ਜਿਹੜਾ ਆਦਮ ਦੇ ਥੱਲੇ ਹੈਗੀਆਂ ਨੇ ਨਸਲਾਂ ਦੇ ਥੱਲੇ ਹੈਗੇ ਕਬੀਲੇ ਜਾਂ ਕੌਮਾਂ, ਇੱਕੋ ਗੱਲ ਹੈਗੀ। ਅਤੇ ਇੱਥੇ ਨਾ ਹਿੰਦੂ ਆਉਂਦਾ, ਨਾ ਸਿੱਖ ਆਉਂਦਾ, ਨਾ ਮੁਸਲਮਾਨ, ਨਾ ਜੀਵ। ਇਹ ਜੀਵ ਜਿਹੜੇ ਸੀਗੇ ਪਹਿਲੇ ਸੀਗੇ ਜਿਹੜੇ ਕਿ ਜੀਵ ਜੁਸਫ ਦੇ ਬਣ ਗਏ ਸੀਗੇ ਹਰਾਮੀ। ਅਤੇ ਇਸ ਕਰਕੇ ਉੱਥੇ ਪਹਿਲਾ ਸਤਿਗੁਰੂ ਜੀਜ਼ ਆਇਆ ਸੀਗਾ, ਦੂਜਾ ਸਤਿਗੁਰੂ ਨਾਨਕ ਹੈਗਾ ਆਪਣਾ। ਨਾਨਕ ਨੂੰ ਸਤਿਗੁਰੂ ਨੂੰ ਕ੍ਰਾਈਸਟ ਕਹੀਦਾ ਹੈਗਾ। ਅਤੇ ਆਹ ਹੈਗਾ ਆਪਣੇ ਆਦਮ ਦੇ ਥੱਲੇ, ਇਹ ਬ੍ਰਹਮਾ ਨੇ ਪੈਦਾ ਕੀਤਾ ਆਦਮ। ਅਤੇ ਆਹ ਜਿਹੜੀ ਰੂਹ ਹੈਗੀ ਸਾਡੀ ਉਹ ਪਾਰ ਬ੍ਰਹਮ ਤੋਂ ਹੁੰਦੀ ਹੈਗੀ, ਆਹ ਪਾਪ ਬ੍ਰਹਮ ਦਾ ਮਾਇਆ ਹੈਗੀ ਗੋਡ। ਪਾਪ ਬ੍ਰਹਮ ਨੂੰ ਅੱਲਾ ਕਹਿੰਦੇ ਨੇ। ਇੱਥੇ ਇਲਾ ਇੱਥੇ ਹੈਗਾ ਕਬੀਲੇ ਦਾ ਪਿਓ, ਇਲਾ ਇਹ ਹੈਗਾ ਅਲ ਇਲਾ ਦੀ ਫਾਦਰ, ਇਹ ਹੈਗਾ ਅੱਲਾ ਦਾ ਹੈਗਾ। ਜੇ ਆ ਕੱਚਾ ਪਿਓ ਜੀ ਹੈਗਾ ਤੇ ਪੱਕੇ ਦਾ ਨਹੀਂ ਬਣ ਸਕਦੇ ਤੁਸੀਂ। ਇਹ ਜਿਹੜੇ ਹੈਗੇ ਨੇ ਮੁਹੰਮਦਨ ਹੈਗੇ ਨੇ, ਇਹਨਾਂ ਨੂੰ ਕਈ ਪੁੱਛੋ ਨਾ ਤੁਹਾਡੀ ਕੌਮ ਕੀ ਹੈਗੀ। ਨਹੀਂ ਜੀ, ਸਾਡੀ ਤਾਂ ਕੌਮ ਮੁਸਲਮਾਨ ਹੈਗੀ, ਉਹ ਛੱਡ ਛੁੱਟ ਦਿੱਤੀ ਕੌਮ। ਇਹ ਪੱਕੇ ਹਰਾਮੀ ਹੈਗੇ ਨੇ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਗਲਤ ਹੋ ਰਹੀਆਂ ਨੇ ਤੇ ਉਹ ਜੋ ਕਰੇਗਾ ਸੋ ਭਰੇਗਾ ਇੱਥੇ ਕਲਯੁਗ ਵਿੱਚ। ਇੱਧਰ ਕਰ ਉੱਧਰ ਪਾ, ਸਾਨੂੰ ਕੋਈ ਫਿਕਰ ਦੀ ਲੋੜ ਨਹੀਂ ਹੈਗੀ। ਉਹ ਦੁਨੀਆਂ ਦਾ ਇਨਸਾਫ ਹੋ ਰਿਹਾ ਹੈਗਾ, ਪਾਪ ਬ੍ਰਹਮ ਐਨ ਮੌਕੇ ਸਿਰ ਆਪਣੇ ਹਰ ਇੱਕ ਚੀਜ਼ ਚੱਲ ਰਹੀ ਹੈਗੀ। ਇਹ ਐਟੋਮਿਕ ਬੰਬ ਜਿਹੜੇ ਸੀਗੇ ਪਹਿਲਾਂ ਵੀ ਬਣ ਸਕਦੇ ਸੀਗੇ 100 ਸਾਲ ਪਹਿਲਾਂ, ਪਰ ਇਹ ਉਦੋਂ ਬਣਨੇ ਸੀ ਜਦੋਂ ਇਹਨਾਂ ਦੀ ਜ਼ਰੂਰਤ ਹੈਗੀ। ਉਦੋਂ ਪਾਪ ਬ੍ਰਹਮ ਨੂੰ ਅਕਲ ਦਿੰਦਾ ਤਾਂ ਸਾਰਾ ਕੁਝ ਕੰਮ ਹੁੰਦਾ ਹੈਗਾ। ਅਤੇ ਹੁਣ ਜਿਹੜਾ ਸਮਾਂ ਆ ਰਿਹਾ ਬਹੁਤ ਖਤਰਨਾਕ ਆ ਰਿਹਾ ਹੈਗਾ। ਇਹਦੇ ਨੂੰ ਬਚਣ ਲਈ ਆਪਣੇ ਪਿਓ ਨੂੰ ਨਾ ਭੁੱਲੋ। ਪਿਓ ਦਾ ਹੈਗਾ ਉਹਨੇ ਹੱਥ ਰੱਖਣਾ ਤੁਹਾਡੇ 'ਤੇ ਅਤੇ ਉਹਨੇ ਤੁਹਾਡੀ ਰਕਸ਼ਾ ਕਰਨੀ ਹੈਗੀ।
ये प्यो भुल गए तो यतीम हो गए, या फिर शैतान ने पकड़ के तो तुम फिर मारना है। आ शैतान जरा सारे जबरदस्त है, आ जड़ा है ये मजहब के नाम से लोगों को भड़का है, जिदा हिंदू सिख से क्रिश्चियन वगैरह बना के। याद रखे चलो चौधरी छोटू राम ने अपन कट्ठे किया, वो कहना नहीं भी जट जट है, पैदा जट हो मरदा भी जट है। तो यह जो है लाला मुहम्मद अली जिन्ना ये लोगों को भड़का आया जो जीना सी कि मुस्लिम लीग मुसलमान लीग से फलाना कर लगा, उन्हें फिर क्या 24 घंटे च निकल जाए देश चो, नहीं तो तेन जेल च पा देंगा। तो इदा का सू चाहिए है जरा आदमी हो जरा कि इन्हें जेड़े भड़का ना सू मजहब के नाव से उन्होंने चंकी तरह उन्होंने कुटे उन्होंने सिर लाए, उन्होंने सिर आपे लस जानी हूँ थोड़े चिर न मजहब के नाव से जेड़े भड़का उन्होंने चंकी कुट पैनी है। आएगा जरा अलजमार अल अक्सा जरा है ना, ये बड़ा खतरनाक है। अपने जेडे इब्राहम से वो एक मिसाल के तौर पर उन्होंने आदम से उन्होंने वाइफ सैरा जी सी ईव सी उन्होंने प्रोमिस लैंड दिती सी गार्डन ऑफ ईडन, वो एक मिसाल के तौर पर उन्होंने दसिया कि जेडे मॉरल ला होंगे इदा होंगे, उन्होंने प्रैक्टिकल डेमोन्स्ट्रेशन दी। तो ये जेडे सी जीव ये जो जिसम के जीव बन गए तो यह आ बन गया शैतान, ये शैतान का मुकाबला करने लिए सतगुरु आता है। तो पहला सतगुरु को क्राइस्ट जीजस आया, तो हुण दूजा सतगुरु नानक आया। जो कि खूब दुनिया च झगड़े हो रहे थे रौला गौरा पा रहे थे, उन्हें फिर सही उन्होंने दसिया भी हिंदू कौन हों, मुसलमान कौन हों, सिख कौन हों। उन्हें कहा ना कोई हिंदू ना कोई मुसलमान, अज ना कोई हिंदू ना कोई सिख तो ना ही कोई मुसलमान है, यानी कि बहुत विरला थोड़ी तो मिलेगा थोड़ी तो मुसलमान, जरा गुरमुख सिख हों मुसलमान होंगे, गुरमुख सिख जोड़े बहुत घट मिलते हैं। तो कहते जी नींह रखी थी हरिमंदर साहब की, ये एक पीर मियाँ मीर तो रखवाई थी, वो पक्का मुसलमान सीगा गुरमुख सिख सीगा। तो कई चीज़ा तो सारिया चीज़ा इतने है किताबा जो नहीं मिलनिया, जो तुम आप सोचो ज्ञानी वो जो आप विचारे। तो यह है जरा अपने प्यो ना भुलो, प्यो बीओ बीज पत्त लै गए अब क्यों उगवे दाल, जो अपनी तुम बीज ना भुलोगे साडा बीज जट है। जे आप कही सिख जट हिंदू जट या मुसलमान जट, वो कोई इतने भी नहीं है, इतने पा ही नहीं सकते, उसे सिर्फ जट ही पवेगा। तो इस तरह अपने एक अर्ज आई थी कि आ जड़े आप कराई दा ना दुआबिया जट मालवा जट से हरियाणवी जट यूपी के जट, ये भी तो फर्का जरा कढ़ना चाहिए है, ये कोई खास नहीं है। ये जो खेडा होंदिया ने अपने कबड्डी हुई या होर खेती बाड़ी की हुई फसल हुई उदो उन्होंने हुशियारी देने लिए है, यो जो वह दुआबीए जट जड़े ने वो चंगा काम करते हैं, या मालवे के या हरियाणे के या यूपी के, उन्होंने उस उत्साह देने लिए हैगी है, कोई मजहब का ना नहीं है ना इन्हें सा इन्हें नहीं साढ़े च पाड़ा पाना, ये सानू बधाएगा एक दूए का ही फिर मुकाबला करा जिदा कबड्डी च करते हैं। इस करके अपनी कौम जो भी कोई पूछे ना जट दसो, जे सिख जट कहा या हिंदू जट कहा या मुसलमान जट कहा तो इतने फिर ये है नहीं गा इतने, फिर तो उन्हें पक्के हरामी बन जाने इतों निकल के। शैतान ने जोड़ा है ना अलजमार अल अक्सा वो पुत्र बन जाने, वो एक बहुत जबरदस्त शैतान है, कलयुग आता है, वह मुकाबला करने
सतगुरु चाहिदा। नानक सतगुरु नानक ने यह प्रचार किया जरा कि जीरे ने किया। जीरे का प्रचार जरा है वो प्रोमिस लैंड से है आइडियल राही जो उन्हें सबक दिता भी हूँ की समा आ रहा है। उन्हें यह लिखा है कि मासी 13:24-30 जो कलयुग अखीर आया ना इन्हों मैं कट्ठे करके जलावगा जेडे शैतान के पुत्र है कट्ठे करके जलावगा इन्हों फिर जला के रखे जेडे मेरे होंगे संत उन्होंने कहगा अपने आओ तुम हम मेरे महल जाओ यानी जेडे लोग बचन गए ना उ बचन गए जेडे संत होंगे। संत जेडे होंगे वह पार ब्रह्म के पुत्र होंगे ने पार ब्रह्म के पुत्र उ होंगे जेडे पहला ब्रह्मा के पुत्र होंगे। जे ब्रह्मा जेडे नजर आती चीज दो अखा नो नहीं पछाणी जाती पार ब्रह्म तो नजर नहीं आता। पार ब्रह्म अल्लाह ते एलोहिम एको चीज देगी। ये अपने जेडे है ना पाकिस्तान के जट है ना उन्होंने ये अपना दसना चाहिए है कि जरा हरफ अल्लाह है ना वह इला के बनया इला होंगे कबीले का प्यो कबीले का प्यो जिदा साडा जट है कोई चूड़ा है कोई चमार है कोई खत्री कोई अरोड़ा ये है अपने जिसम दे साडा है अल इला रूला अल इला दी फादर अव्वल अल्लाह नूर पाया कुदरत दे सब बंद कुदरती है खुदाए कुदरत खुदाए दी अल्लाह का नूर है जरा अपने अल्लाह अपना सुपर नैचुरल फादर है। ये जरा इकबाल है ना इन्हें लिखे ना खुद ही को कर बुलंद इतना के खुदा बंदे से पूछे कि तेरी रजा क्या है। ये सब गलत है ये जरा खुद ही तुसी मारना है इन्ना मारना है कि खाक के मिला देना है जिदा कि सतगुरु अंगद देव जी ने किया उन्होंने जेडे सी अपने कामे सिख सीगे उन्होंने भांडे भन जाते न्याणे बट्टे मार के उन्होंने कौड़ा बच्चे नहीं उन्होंने बोलिया ना उन्होंने कोई गाल गूल कटी कुछ नहीं पीता। तो सतगुरु अंगद देव जी कहें भांडे भन देंगे जी वह कहते पित्तल दागर लड़ो के पित्तल दलियां वे बट्टे मारते थे चिब पै जाते टुटते नहीं। तो इस तरह सिख होना चाहिए है जिदा कि निमट साहब तो पहलवान होंगे सके कुश्तियां कराते सब कुछ करते लेकिन उन्होंने किसी से हाथ नहीं चुकया। वो जरा आदमी है इतने है अपने ये है ब्रह्मा का दुनिया है जी आ जो जौन की बापट से ब्रह्मा का सगा अपने मसेंजर ये मसेंजर होंगे ने अल्लाह के पुत्र होंगे ने ऐसा रसूल सीगा वो अपने यावे का खुदा का रसूल खुदा जरा जी कुदर खुदाए जी कुदर खुदाए जी नूर अल्लाह का ऐसा जो ना अपने अवतार प्रॉफिट इन्होंने रसूल कहते हैं रसूल जो प्रॉफिट होंगे ने ये होंगे ने आदम होंगे ने ब्रह्मा च होंगे ने पाप ब्रह्म नहीं होंगे। मंसूर कहता ना कि जरा अपने प्रॉफिट है ये समुद्र के कंधे बैठे ने इन्हों अंदर नहीं आन देंगे समुद्र समुद्र है आ है समुद्र समुद्र पानी उड़ता है उड के तो फिर मीह बढ़ा है मीह बढ़ा के तो फिर वापस चली जाता समुद्र के बीच। इदा ही अपनी रूह जी है अल्लाह तो निकलती है इतने आप दुनिया च आने फिर आप जो मर जाने ना उदो वापस रूह चली जाती अपने अल्लाह के कोल समुद्र है और समुद्र की लहर च होंगे ने जो संत होंगे ने तो ये होंगे ने बहर खड़े कंडे से आ बहर है ये होमे जी उन्होंने होमी है खुद ही ये बुलंद करते हैं आपू की जिदा कि रामचंद्र जी का सी ना लक्ष्मण ने नक् कर दिता सरूप नखादा तो ये पिछले युग होंगे ने होंगे ने अपने कर्मा के
ਕਰਮ ਦਾ ਇਹ ਹੈਗਾ ਉਹਦਾ ਨਜ਼ਰ ਦਾ, ਪਰਮ ਦੀ ਨਜ਼ਰ ਦਾ। ਤੇ ਉਹ ਫਿਰ ਜਿਹੜਾ ਰਾਵਣ ਦੇ ਉਲਾਂਭਾ ਦੇ ਨਾਲ ਹੈ, ਉਹ ਤੇਰੇ ਭੈਣ ਦਾ ਨੱਕ ਕੱਟ ਦਿੱਤਾ ਤੇ ਤੂੰ ਬੈਠਾ ਇੱਥੇ। ਉਹਨੂੰ ਫਿਰ ਤਦ ਉਹਨੇ ਸੀਤਾ ਚੱਕੀ ਸੀਗੀ, ਉਹਨੂੰ ਪਤਾ ਸੀ ਕਿ ਰਾਮ ਚੰਦਰ ਜਿਹੜਾ ਅਵਤਾਰ ਹੈਗਾ, ਲੇਕਿਨ ਉਹਨੂੰ ਕਰਨਾ ਪਿਆ। ਕਿਉਂ? ਆਪਣੀ ਜਿਹੜੀ ਕਹਿੰਦੇ ਲੋਕ ਲੱਜ ਕਰਕੇ, ਬ੍ਰਹਮ ਲੱਜ ਕਰਕੇ। ਤੇ ਆਹ ਹੈਗਾ ਜਿਹੜਾ ਨਾ, ਇਹ ਜੌਨ ਦੀ ਬਾਪਟ ਸੀਗਾ, ਇਹ ਬ੍ਰਾਹਮਣ ਸੀਗਾ ਅਵਤਾਰ, ਜਿੱਦਾਂ ਰਾਮਚੰਦਰ ਸੀਗੇ ਤੇ ਕ੍ਰਿਸ਼ਨ ਸੀਗਾ। ਇਹਨੇ ਡੁਬਕੀ ਦਿੱਤੀ ਸੀ ਪਾਣੀ ਚ ਲੋਕਾਂ ਨੂੰ ਇਬਰਾਹਿਮ ਦੇ ਨਾਂ ਤੇ, ਉਹਨਾਂ ਨੂੰ ਪੁੱਤਰ ਬਣਾਇਆ ਸੀ ਇਬਰਾਹਿਮ ਦਾ। ਤੇ ਉਹ ਜਿਹੜਾ ਸੀਗਾ ਇਹਨਾਂ ਦਾ ਬੀਜ ਜਿਹੜਾ ਸੀ ਨਾ, ਉਹਨਾਂ ਨੇ ਪੁੱਤਰ ਬਣੇ ਕੇ ਤੇ ਉਹਨਾਂ ਚ ਆ ਜਾਂਦਾ ਵੀ ਅਸੀਂ ਫਲਾਨੇ ਦੇ ਪੁੱਤਰ ਹੈਗੇ, ਹੰਕਾਰ ਆ ਜਾਂਦਾ ਹੈਗਾ, ਮੋਮੇ ਆ ਜਾਂਦੀ ਸੀ। ਉਹ ਬੀਜ ਤੁਸੀਂ ਬੀਜਣਾ ਹੈਗਾ, ਜਿੱਦਾਂ ਕਣਕ ਦਾ ਦਾਣਾ ਹੁੰਦਾ, ਕਣਕ ਦਾ ਬੀਜ ਬੀਜੀਏ ਤਾਂ ਕਣਕ ਦਾ ਹੀ ਪੌਦਾ ਨਿਕਲੇਗਾ ਨਾ। ਇਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਬਣਾਉਣਾ ਹੈਗਾ, ਯਾਨੀ ਕਿ ਤੁਹਾਡੀ ਸ਼ਨਾਖਤ ਜਿਹੜੀ ਗੀ ਕਬੀਲੇ ਦੀ ਉਹ ਅੰਦਰ ਤੇ ਰੂਹਾਨੀ ਬਾਹਰ। ਤੇ ਇੱਥੇ ਹੁੰਦੀ ਹੈ ਕਬੀਲੇ ਦੀ ਬਾਹਰ ਤੇ ਰੂਹਾਨੀ ਜਾਗੀ ਦੀ ਹੁੰਦੀ। ਇਹਨਾਂ ਨੂੰ ਨਹੀਂ ਪਤਾ ਹੁੰਦਾ ਪਾਪ ਬ੍ਰਹਮ ਦਾ, ਪਰ ਜਦੋਂ ਉਹ ਆਪਣੀ ਹੋਮੇ ਬੀਜ ਦਿੰਦੇ ਨਾ, ਮਾਰ ਦਿੰਦੇ ਹੋਮੇ, ਤਦ ਉਹਨਾਂ ਨੂੰ ਪਾਪ ਬ੍ਰਹਮ ਦੀ ਸੁਰਤੀ ਆਉਂਦੀ ਹੈਗੀ। ਇਸ ਕਰਕੇ ਸਤਿਗੁਰੂ ਅੰਗਦ ਦੇਵ ਜੀ ਦਾ ਕੰਮ ਸੀਗਾ ਉਹਨਾਂ ਦੀ ਹੋਮੇ ਮਾਰਨੀ, ਹੋਮੇ ਮਾਰੀ ਉਹਨਾਂ ਦੀ, ਤੇ ਉਹਨਾਂ ਨੂੰ ਪਾਪ ਬ੍ਰਹਮ ਦੀ ਸੁਰਤੀ ਆਈ ਤੇ ਇੱਥੇ ਵਾੜੇ ਚ ਬੜੇ। ਇੱਥੇ ਏਕ ਪਿਤਾ ਹਮ ਬਾਰੇ ਕੁਛ ਫਿਰ, ਇੱਥੇ ਸਾਡਾ ਇੱਕ ਪਿਓ ਹੈਗਾ ਪਾਰ ਬ੍ਰਹਮ। ਇੱਥੇ ਹਰ ਇੱਕ ਦਾ ਆਪਣਾ ਆਪਣਾ ਪਿਓ ਹੈਗਾ, ਕੋਈ ਚੂੜਾ ਕੋਈ ਚਮਾਰ ਹੈਗਾ, ਕੋਈ ਜੱਟ ਹੈਗਾ ਕੋਈ ਲੁਹਾਰ ਕੋਈ ਸਰਕਾਰ ਹੈਗਾ। ਜਿਹੜਾ ਆਪਣਾ ਇਹ ਬੀਜ ਰੱਖੇਗਾ ਉਹੀ ਬੀਜ ਬੀਜਿਆ ਜਾ। ਇਹ ਜਾਤ ਜਿਹੜਾ ਹੈਗਾ ਬਾਣੀ ਚ ਵੀ ਆਉਂਦਾ ਨਾ, ਇਹ ਜਾਤ ਤੇ ਬੀਜ ਹੈ, ਇਹ ਬੀਜ ਹੈਗਾ ਜਾਤ। ਇਹ ਬੀਜੋਗੇ ਤੇ ਇਹਦੇ ਨਾਲ ਸ਼ਰਮ ਹੁੰਦੀ ਤੁਹਾਨੂੰ ਬੀਜ ਦੇ ਨਾਲ, ਵੀ ਮੈਂ ਫਲਾਨੇ ਖਾਨਦਾਨ ਦਾ ਆਦਮੀ ਜਾ ਕੰਮ ਕਰਨ ਲੱਗਾ। ਤੇ ਸ਼ਰਮ ਹੋਵੇ ਤੇ ਧਰਮ ਹੁੰਦਾ ਹੈਗਾ, ਤੇ ਇਸ ਕਰਕੇ ਸ਼ਰਮ ਜਿਹੜੀ ਹੈਗੀ ਉਹ ਬੀਜ ਚ ਮਿਲਦੀ ਹੈਗੀ। ਫਿਰ ਧਰਮ ਜਿਹੜਾ ਕਮਾਉਣਾ ਹੈਗਾ ਉਹ ਤੁਸੀਂ ਕੰਮ ਕਰਨੇ ਹੈਗਾ ਇੱਥੇ। ਤੇ ਇੱਥੇ ਫਿਰ ਹੈਗਾ ਤੁਸੀਂ ਜਿਹੜੀ ਖੁਰੀ ਨੂੰ ਤੁਸੀਂ ਖਾਕ ਚ ਮਿਲਾਉਣਾ ਹੈਗਾ, ਜਿੱਦਾਂ ਬੀਜ ਨੂੰ ਮਿੱਟੀ ਚ ਮਿਲਾਈਦਾ ਹੈਗਾ। ਉਹ ਫਿਰ ਬੀਜ ਜਿਹੜਾ ਨਾਸ ਹੋ ਜਾਂਦਾ ਤੇ ਪੌਦਾ ਬਣ ਜਾਂਦਾ, ਉਹਨੂੰ ਫਿਰ ਸੁਰਤੀ ਆਉਂਦੀ ਹੈਗੀ, ਉਹ ਭੀੜੀ ਗਲੀ ਚ ਨਿਕਲਦਾ ਹੈਗਾ। ਇੱਥੇ ਭੀੜੀ ਗਲੀ ਚ ਇੱਥੇ ਗੇਟ ਕੀਪਰ ਜਿਹੜਾ ਹੈਗਾ ਪੀਟਰ ਹੈਗਾ, ਸੇਂਟ ਪੀਟਰ। ਇੱਥੇ ਜਦੋਂ ਅਸੀਂ ਅੰਦਰ ਜਾਂਦੇ ਹਾਂ, ਇੱਥੇ ਪੈਸੇ ਦਾ ਕੋਈ ਕੰਮ ਨਹੀਂ, ਨਾ ਹੀ ਇੱਥੇ ਕੱਪੜਿਆਂ ਦਾ, ਨਾ ਇੱਥੇ ਚੜ ਮੋਰਲ ਰੋ ਨਹੀਂ ਚੱਲਦੇ। ਇੱਥੇ ਨਾਂਗੇ ਸਾਧੂ ਜਿਹੜੇ ਹੈਗੇ ਨੇ ਉਹ ਹੈਗੇ ਨੇ, ਤਦੇ ਜਿਹੜੇ ਨਾਂਗੇ ਸਾਧੂ ਹੁੰਦੇ ਉਹਨਾਂ ਦੇ ਮੋਰਲ ਰੋ ਨਹੀਂ ਲੱਗ ਸਕਦੇ। ਇੰਡੀਆ 'ਚ ਅਜੇ ਵੀ ਫਿਰਦੇ ਨੇ ਨਾਂਗੇ ਸਾਧੂ, ਉਹ ਮੋਰਲ ਰੋ ਤੋਂ ਅਬਵ ਹੁੰਦੇ ਨੇ। ਮੋਰਲ ਰੋ ਇੱਥੇ ਚੱਲਦੇ ਥੱਲੇ, ਲਾ ਐਂਡ ਪ੍ਰੋਫਿਟ ਸਰਟਿਵ ਜਾਉਣ ਦੀ ਵਾਪਿਸ, ਲੂਕ 16 ਵਰਸ 16। ਤੇ ਇੱਥੇ ਤੁਸੀਂ ਆਪਣੇ ਸੁਰਤੀ ਨਾਲ ਚੱਲਣਾ ਹੈਗਾ, ਸੁਰਤੀ ਨਾਲ। ਸੁਰਤੀ ਤਦੇ ਆਊਗੀ ਜੇ ਤੁਸੀਂ ਆਪਣਾ ਹੋਮੇ ਤੁਸੀਂ ਮਾਰੋਗੇ, ਤਦ ਪਾਰ ਬ੍ਰਹਮ ਦੀ ਸੁਰਤੀ ਆਏਗੀ। ਇਹਦੇ ਚ ਹੈਗਾ ਫਿਰ ਖੁਦੀ ਕੋ ਖਾਕ ਮੈਂ ਮਿਲਾ ਇਤਨਾ ਕਿ ਅੱਲਾ ਆਦਮੀ ਸੇ ਪੁੱਛੇ ਕਿ ਤੇਰੀ ਰਜ਼ਾ ਕਿਆ ਹੈ। ਆਹ ਇੱਥੇ ਆਹ ਖੁਦ ਆਹ ਜਿਹੜੀ ਹੈਗੀ ਹੈ ਖੁਦਾ ਦੀ ਹੁੰਦੀ, ਖੁਦਾ ਦੀ, ਖੁਦਾ ਦਾ ਇੱਕ ਭਾਂਡਾ ਬਣਾਉਣ ਵਾਲਾ ਹੈਗਾ। ਆਹ ਭਾਂਡਾ ਉਹਦੀ 'ਚ ਕੋਈ ਤਾਕਤ ਨਹੀਂ ਹੈਗੀ, ਸਭ ਕਰਮ ਕਰਨ ਚ ਕਰਮ ਕਰਨ ਵਾਲਾ ਉਹ ਅੱਲਾ ਹੈਗਾ, ਪਾਰ ਬ੍ਰਹਮ ਅੱਲਾ ਐਲੋਹੀਮ। ਤੇ ਦੇਖ ਲਓ ਇਕਬਾਲ ਹੁਣ ਕਿੰਨਾ ਮਸ਼ਹੂਰ ਹੈਗਾ। ਤੇ ਇਹ ਹੈਗਾ ਖੁਦੀ ਕੋ ਖਾਕ ਮਿਲਾ ਇਤਨਾ ਕਿ ਅੱਲਾ ਆਦਮੀ ਸੇ ਪੁੱਛੇ ਕਿ ਤੇਰੀ ਰਜ਼ਾ ਕਿਆ ਹੈ। ਇਹ ਹੁੰਦੇ ਨੇ ਸੰਤ। ਤੇ ਇਸ ਕਰਕੇ ਹੁਣ ਕਲਯੁਗ ਦਾ ਅਖੀਰ ਆ ਗਿਆ ਹੈਗਾ। ਤੇ ਜਿਹੜੇ ਯਹੂਦੀਆਂ ਦੇ ਰਾਹੀਂ ਪਤਾ ਲੱਗਦਾ ਹੈਗਾ, 14 ਮਈ 2023 ਨੂੰ ਸ਼ਾਇਦ ਐਟੋਮਿਕ ਵਾਰ ਲੱਗੇ, ਲੇਕਿਨ ਇਹ ਪੱਕਾ ਹੈਗਾ ਕਿ ਜਿਹੜੇ ਇਜ਼ਰਾਈਲ ਹੈਗਾ ਇਹਨੇ ਆਪਣਾ 76 ਹੁਣ 75 ਸਾਲ ਦਾ ਹੋਣਾ ਇਹਨੇ ਅਗਲੇ ਸਾਲ, ਇਹਨੇ 76ਵਾਂ ਸਾਲ ਵੀ ਆਪਣਾ ਦੇਖ ਸਕਦਾ, ਐਟੋਮਿਕ ਵਾਰ ਲੱਗੇਗੀ।
ਤੇ ਜਿਹੜੇ ਇਹ ਪੋਲੀਟੀਸ਼ੀਅਨ ਹੈਗੇ ਨੇ ਜਾਣਦੇ ਹੈਗੇ ਨੇ, ਪਰ ਇਹਨਾਂ ਨੂੰ ਇਹ ਜਿਹੜੇ ਮੀਡੀਆ ਹੈਗਾ ਇਹ ਜੂਆਂ ਦੇ ਹੱਥ ਹੈਗਾ, ਜੋ ਇੱਦਾਂ ਹੈਗੇ ਨੇ ਤੇ ਉੱਥੇ ਕਾਫੀ ਟੌਕ ਕਰ ਲਿਆ ਮੈਂ ਤੇ ਚੰਗਾ।